ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ, ਮੌਸਮ ਬੇਈਮਾਨ ਹੋ ਗਿਆ। ਪੰਜਾਬ ਦੇ ਵਿੱਚ ਅੱਜ ਹਲਕਾ ਮੀਂਹ ਪਿਆ, ਹਨੇਰੀ ਚੱਲ ਰਹੀ ਹੈ ਲਗਾਤਾਰ, ਸੋ ਪੰਜਾਬ ਦਾ ਮੌਸਮ ਕਾਫੀ ਖਰਾਬ ਨਜ਼ਰ ਆ ਰਿਹਾ ਹੈ। ਉੱਧਰ ਅਪ੍ਰੈਲ ਦਾ ਮਹੀਨਾ ਪੰਜਾਬ ਦੇ ਵਿੱਚ ਚੱਲ ਰਿਹਾ ਅਤੇ ਇਹ ਮਹੀਨਾ ਕਣਕ ਦੀ ਵਾਢੀ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਆਪਣੀਆਂ ਫਸਲਾਂ ਨੂੰ ਵੱਢਿਆ ਜਾਂਦਾ ਹੈ। ਅੱਜ ਕਰੋਨਾ ਵਾਇਰਸ ਦੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਦੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਕਟ ਮੂੰਹ ਅੱਡੀ ਖੜ੍ਹਾ ਹੈ। ਉਹ ਸੰਕਟ ਹੈ ਫਸਲ ਨੂੰ ਸਮੇਟਣ ਦਾ ਸੰਕਟ, ਕਣਕ ਦੀ ਮੰਡੀਆਂ ਦੇ ਵਿੱਚ ਪਹੁੰਚ ਅਤੇ ਉਸ ਤੋਂ ਬਾਅਦ ਕਣਕ ਦੀ ਖਰੀਦ ਅਤੇ ਕਣਕ ਦੇ ਭੰਡਾਰਾਂ ਨੂੰ ਪ੍ਰਫੁੱਲਿਤ ਕਰਨਾ। ਪੰਜਾਬ ਉਹ ਸੂਬਾ ਹੈ ਜਿਹੜਾ ਭਾਰਤ ਦੇ ਭੰਡਾਰਾਂ ਦੇ ਵਿੱਚ 70% ਤੱਕ ਅਨਾਜ ਦੀ ਪੈਦਾਵਾਰ ਕਰਦਾ ਆਇਆ ਗਾ, ਤਾਂ ਇਸ ਸਮੇਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਕਣਕ ਦੀ ਫਸਲ ਨੂੰ ਸਾਂਭਣਾ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ। ਸਰਕਾਰ ਦੇ ਵੱਲੋਂ 2-3 ਦਲੀਲਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਪਹਿਲੀ ਦਲੀਲ ਇਹ ਹੈ ਕਿ ਕਿਸਾਨ ਆਪਣੇ ਘਰਾਂ ਦੇ ਵਿੱਚ ਫਸਲ ਰੱਖ ਰਹਿਣ ਔਰ ਸਰਕਾਰ 1 ਜਾਂ 2 ਮਹੀਨੇ ਬਾਅਦ ਉਸ ਫਸਲ ਨੂੰ ਖਰੀਦੇ ਅਤੇ ਕਿਸਾਨਾਂ ਨੂੰ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ। ਦੂਜੀ ਜਿਹੜੀ ਗੱਲ ਦੇ ਉੱਤੇ ਚਰਚਾ ਚੱਲ ਰਹੀ ਹੈ, ਉਹ ਇਹ ਚੱਲ ਰਹੀ ਹੈ ਕਿ ਗੋਦਾਮਾਂ ਦੇ ਵਿੱਚ ਸਿੱਧੀ ਕਣਕ ਪਹੁੰਚਾਈ ਜਾਵੇ। ਜਿੰਨੀ ਪੰਜਾਬ ਦੇ ਵਿੱਚ ਪੈਦਾਵਾਰ ਹੋਣੀ ਹੈ ਉਹਦੀ ਅੱਧੀ ਦੇ ਲਗਭਗ ਕਣਕ ਆ ਜਿਹੜੀ ਉਹ ਗੋਦਾਮਾਂ ਦੇ ਵਿੱਚ ਸ਼ੈਲਰਾਂ ਦੇ ਵਿੱਚ ਸਿੱਧੀ ਪਹੁੰਚ ਹੋਵੇ। ਅਤੇ ਤੀਸਰੀ ਜਿਹੜੀ ਗੱਲ ਦੇ ਉੱਤੇ ਚਰਚਾ ਚੱਲ ਰਹੀ ਆ, ਉਹ ਇਹ ਚੱਲ ਰਹੀ ਆ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਪਰਚੀ ਸਿਸਟਮ ਦਿੱਤਾ ਜਾਵੇ। ਹਰ ਰੋਜ਼ ਇੱਕ ਕਿਸਾਨ ਇੱਕ ਟਰਾਲੀ ਲੈ ਕੇ ਆਵੇ ਅਤੇ ਅਗਲੇ ਦਿਨ ਦੂਸਰਾ ਕਿਸਾਨ, ਇਸ ਤਰੀਕੇ ਦੇ ਨਾਲ ਕਣਕ ਦੀ ਖਰੀਦ ਆ ਜਿਹੜੀ ਕੀਤੀ ਜਾਵੇ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਊ 5-7 ਦਿਨਾਂ ਤੱਕ ਪੰਜਾਬ ਦੇ ਵਿੱਚ ਕਣਕਾਂ ਦੀ ਵਾਢੀ ਪੂਰੇ ਸਿਰੇ ਦੇ ਉੱਤੇ ਜਾ ਵੜਨੀ ਹੈ ਅਤੇ ਉਸ ਸਮੇਂ ਸਰਕਾਰ ਕਿਸ ਤਰੀਕੇ ਨਾਲ ਇਸ ਮਸਲੇ ਦਾ ਹੱਲ ਕਰਦੀ ਹੈ। ਪੰਜਾਬ ਦੇ ਵਿੱਚ ਐਤਕੀ ਆਲੂ ਦੀ ਬੰਪਰ ਫਸਲ ਹੋਣ ਦੀ ਉਮੀਦ ਸੀ, ਲੱਗਦਾ ਸੀ ਕਿ ਆਲੂ ਐਤਕੀ ਕਿਸਾਨਾਂ ਦੇ ਲਈ ਕਾਫੀ ਲਾਹੇਵੰਦ ਸਾਬਤ ਹੋਊਗਾ। ਕਰੋਨਾ ਵਾਇਰਸ ਦੀ ਮਾਰ ਤੋਂ ਪਹਿਲਾਂ ਆਲੂ ਦਾ ਰੇਟ ਵੀ ਠੀਕ ਮਿਲ ਰਿਹਾ ਸੀ, 700 ਰੁਪਏ ਗੱਟੇ ਤੱਕ ਆਲੂ ਦਾ ਰੇਟ ਪਹੁੰਚ ਗਿਆ ਸੀ। ਲੇਕਿਨ ਕਰੋਨਾ ਵਾਇਰਸ ਦੀ ਮਾਰ ਦੇ ਚੱਲਦਿਆਂ ਇੱਕ ਮੀਂਹ ਪੈ ਗਏ, ਕੁਛ ਤਾਂ ਕਿਸਾਨਾਂ ਦਾ ਆਲੂ ਖੇਤਾਂ ਦੇ ਵਿੱਚ ਰੁਲ ਗਿਆ, ਕੁਛ ਕਿਸਾਨਾਂ ਦੇ ਲਈ ਕਾਫੀ ਸਮੱਸਿਆ ਜਿਹੜੀ ਉਹ ਪੈਦਾ ਹੋਈ। ਹੁਣ ਕਰੋਨਾ ਵਾਇਰਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਕੁਛ ਰਾਇਤਾਂ ਦਿੱਤੀਆਂ ਗਈਆਂ ਨੇ ਉਹਦੇ ਤਹਿਤ ਕਿਸਾਨਾਂ ਵੱਲੋਂ ਆਲੂ ਦੀ ਪਟਾਈ ਸ਼ੁਰੂ ਕੀਤੀ ਗਈ ਆ। ਅਸੀਂ ਆਲੂ ਪੁੱਟਣ ਵਾਲੇ ਕਿਸਾਨਾਂ ਦੇ ਕੋਲ ਪਹੁੰਚੇ ਹਾਂ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਦੀ ਉਮੀਦ ਉਹਨਾਂ ਨੂੰ ਹੁਣ ਲੱਗਦੀ ਹੈ। ਜੀ ਸਰ, ਸਵਾਗਤ। ਹਾਂਜੀ, ਅਸੀਂ ਮਤਲਬ ਆਲੂ ਉਤਪਾਦਕ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੋਂ ਬੋਲ ਰਹੇ ਹਾਂ ਵੀ ਸਾਡੇ ਜਿਹੜੀ ਇੱਥੇ ਆਲੂ ਦੀ ਫਸਲ ਸੀ, ਸਾਨੂੰ ਉਮੀਦ ਸੀ ਵੀ ਕਿਉਂਕਿ ਇੱਥੇ ਸਾਨੂੰ ਕਈ ਸਾਲਾਂ ਬਾਅਦ ਰੇਟ ਮਿਲਿਆ ਵੀ ਸਾਡੇ ਸਾਰੇ ਜਿਹੜੇ ਪਿਛਲੇ ਖਰਚੇ ਹੋਏ ਵੇ ਪੂਰੇ ਹੋ ਜਾਣਗੇ। ਪਰ ਸਾਨੂੰ ਉਮੀਦ ਦੇ ਬਾਵਜੂਦ ਜੋ ਕਰੋਨਾ ਦਾ ਵਾਇਰਸ ਆਇਆ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਆਇਆ, ਉਹਦੇ ਨਾਲ ਸਾਡਾ ਬਹੁਤ ਮਾਲੀ ਨੁਕਸਾਨ ਹੋ ਚੁੱਕਿਆ ਕਿਉਂਕਿ ਸਾਡੇ ਆਲੂ ਦੀ ਜਿਹੜੀ ਕੀਮਤ ਆ ਬਹੁਤ ਥੱਲੇ ਡਿੱਗ ਚੁੱਕੀ ਆ ਅਤੇ ਨਾਲ ਕੁਛ ਸਾਡਾ ਮੀਂਹ ਨੇ ਵੀ ਨੁਕਸਾਨ ਕੀਤਾ ਪਹਿਲਾਂ। ਹੋਰ ਹੁਣ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਜੇ ਸਾਡੀ ਫਸਲ ਮੰਡੀਆਂ ਖੁੱਲ੍ਹਣਗੀਆਂ ਤਾਂ ਹੀ ਵਿਕ ਸਕਦੀ ਹੈ, ਨਹੀਂ ਸਾਡੀ ਇਹ ਮਾਰਕੀਟ ਦੇ ਵਿੱਚ ਫਸਲ ਰੁਲ ਵੀ ਸਕਦੀ ਆ। ਅਸੀਂ ਇਹ ਉਮੀਦ ਕਰਦੇ ਹਾਂ ਵੀ ਮਾਰਕੀਟ ਨੂੰ ਖੁੱਲ੍ਹਣਾ ਚਾਹੀਦਾ ਕਿਉਂਕਿ ਜੇ ਗੌਰਮੈਂਟ ਸਾਨੂੰ ਮਾੜੀ ਮੋਟੀ ਸਹੂਲਤ ਦੇਊਗੀ ਮਾਰਕੀਟ 'ਚ ਜਾਣ ਦੀ ਤਾਂ ਸਾਡੀ ਇਹ ਚੀਜ਼ ਦਾ ਮੁੱਲ ਪਊਗਾ, ਨਹੀਂ ਸਾਨੂੰ ਬਹੁਤ ਮਾਰ ਵੱਡੀ ਝੱਲਣੀ ਪੈਣੀ ਆ। ਕਿਸਾਨ ਆਲੂ ਵਾਲੇ ਸਾਰੇ ਇਹੀ ਸੋਚ ਕੇ ਮਤਲਬ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਸਾਡੀ ਕਿਉਂਕਿ ਹਰੇਕ ਖਰਚਾ ਸਾਨੂੰ ਬਹੁਤ ਪਿਆ ਵਾ, ਸਾਡੀ ਹਰੇਕ ਚੀਜ਼ ਦਾ ਮੁੱਲ ਬਹੁਤ ਜ਼ਿਆਦਾ ਪੈ ਰਿਹਾ ਸਾਨੂੰ। ਸਾਡਾ ਮਤਲਬ ਜੇ ਅੱਜ ਮਾਰਕੀਟ ਦੇ ਵਿੱਚ ਅਸੀਂ 500 ਰੁਪਈਏ ਵੇਚਦੇ ਹਾਂ ਤਾਂ ਵੀ ਸਾਡਾ ਮੁੱਲ ਨਹੀਂ ਮੁੜ ਰਿਹਾ ਕਿਉਂਕਿ ਅਸੀਂ 3-4 ਸਾਲ ਤੋਂ ਬਹੁਤ ਵੱਡੇ ਘਾਟੇ 'ਚ ਹਾਂ। ਤਰਾਨਾ ਜੀ, ਇਹ ਕਣਕ ਦੀ ਗੱਲ ਹੈ ਜਿਹਦੀ ਰਾਖੀ ਦਾ ਰੌਲਾ ਪੈਂਦਾ, ਜਿਹਦੀ ਰਾਖੀ ਦੇ ਲਈ ਜੱਟ ਜੱਟੀ ਨੂੰ ਕਹਿੰਦਾ ਵੀ ਇਹਦੀ ਰਾਖੀ ਬੈਠ ਕਿਉਂਕਿ ਇਹਦੇ ਆਲੇ ਦੁਆਲੇ ਕਣਕ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ। ਪੰਜਾਬ ਕਦੇ ਅੰਨ ਭੰਡਾਰ ਸੀ ਸਾਰੇ ਭਾਰਤ ਦਾ, ਅਤੇ ਹਾਲਾਤ ਉੱਥੇ ਦੇ ਹੁਣ ਠੀਕ ਨਹੀਂ ਹੈ। ਇਹ ਦਿਨਾਂ ਦੇ ਵਿੱਚ ਕਣਕ ਪੱਕ ਜਾਂਦੀ ਹੈ, ਮੌਸਮ ਗਲੋਬਲ ਵਾਰਮਿੰਗ ਦੇ ਇਫੈਕਟ ਨੇ ਜਿਹੜਾ ਮੌਸਮ ਦੇ ਨਾਲ ਬੜਾ ਫਰਕ ਪਾਇਆ। ਪ੍ਰਵਾਸੀ ਮਜ਼ਦੂਰ ਜਿਹੜੇ ਬਿਹਾਰ ਯੂਪੀ ਤੋਂ ਨੇ ਆਉਣੇ ਉਹ ਨਹੀਂ ਆਉਣੇ, ਬਹੁਤ ਮੁਸ਼ਕਲਾਂ ਨੇ। ਪੱਤੀ ਜੀ ਨਾਲ ਆਪਾਂ ਗੱਲ ਕਰਦੇ ਹਾਂ। ਬਿਲਕੁਲ ਪੱਤੀ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਨਵਕਿਰਨ ਜੀ। ਸਤਿ ਸ੍ਰੀ ਅਕਾਲ ਤਰਾਨਾ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਖਬਰਾਂ ਨੇ?